ਜਿਹੜੇ ਦੇਸ਼ ਦੋਹੀ ਜਾ ਕੇ ਆਰਮੀ ਜਨਰਲ ਦੇ ਗਲੇ ਲੱਗਦੇ ਨੇ, ਇਹੋ ਜਿਹੇ ਬੰਦੇ ਦੀ ਗੱਲ 'ਚ ਮੈਂ ਕੋਈ ਟਿੱਪਣੀ ਨਹੀਂ, ਮੈਂ ਉਹਨੂੰ ਬੋਲਣ ਲਾਇਕ ਵੀ ਨਹੀਂ ਸਮਝਦੀ, ਕਿਉਂਕਿ ਦੇਸ਼ ਦੋਹੀ ਬਾਰੇ ਤਾਂ ਜਿੰਨਾ ਕੁ ਸਾਰਾ ਦੇਸ਼ ਉਹਨਾਂ ਬਾਰੇ ਬੋਲ ਰਿਹਾ। ਇਹਨਾਂ ਦੇ ਝੂਠ ਆਹੀ ਜਾਣਨ, ਮੈਂ ਇਹਨਾਂ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। ਵਿਧਾਨ ਸਭਾ ਦੇ ਬਾਹਰ ਪ੍ਰੈਸ ਕਾਨਫਰੰਸ 'ਚ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਬਾਦਲ ਪਰਿਵਾਰ 'ਤੇ ਹਮਲਾ ਕਰਦਿਆਂ ਆਖਿਆ ਕਿ ਉਹਨਾਂ ਦੇ ਦਾਦੇ ਨੇ ਜਨਰਲ ਡਾਇਰ ਦਾ ਪੂਰਾ ਸਮਰਥਨ ਕੀਤਾ ਸੀ, ਉੱਥੇ ਹੀ ਇਸ ਬਿਆਨ 'ਤੇ ਹਰਸਿਮਰਤ ਕੌਰ ਬਾਦਲ ਨੇ ਵੀ ਸਿੱਧੂ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਕਿ ਜਿਸ ਨੂੰ ਪੂਰਾ ਦੇਸ਼ ਹੀ ਦੇਸ਼ ਦਰੋਹੀ ਆਖ ਰਿਹਾ ਉਸ ਨੂੰ ਤਾਂ ਉਹ ਬੋਲਣ ਲਾਇਕ ਵੀ ਨਹੀਂ ਸਮਝਦੇ। ਜਿਹੜੇ ਦੇਸ਼ ਦਰੋਹੀ ਜਾ ਕੇ ਆਰਮੀ ਜਨਰਲ ਦੇ ਗਲੇ ਲੱਗਦੇ ਨੇ, ਜਿਹੜੇ ਸਾਡੇ ਜਵਾਨਾਂ ਨੂੰ ਸ਼ਹੀਦ ਕਰਦੇ ਨੇ, ਜਿਹੜਾ ਦੁਸ਼ਮਣ ਦੇਸ਼ ਲਗਾਤਾਰ ਸਾਡੇ ਦੇਸ਼ ਵਿੱਚ ਕੀ ਕਰਦਾ ਤੁਸੀਂ ਜਾਣਦੇ ਹੋ, ਜਿਹਨੂੰ ਸਾਰਾ ਦੇਸ਼ ਦੇਸ਼ ਦਰੋਹੀ ਕਹਿ ਰਿਹਾ ਅੱਜ ਵੀ ਉਹਨਾਂ ਦੀ ਡਿਫੈਂਸ 'ਚ, ਇਹੋ ਜਿਹੇ ਬੰਦੇ ਦੀ ਗੱਲ 'ਚ ਮੈਂ ਕੋਈ ਟਿੱਪਣੀ ਨਹੀਂ, ਮੈਂ ਉਹਨੂੰ ਬੋਲਣ ਲਾਇਕ ਵੀ ਨਹੀਂ ਸਮਝਦੀ, ਕਿਉਂਕਿ ਦੇਸ਼ ਦਰੋਹੀ ਬਾਰੇ ਤਾਂ ਜਿੰਨਾ ਕੁ ਸਾਰਾ ਦੇਸ਼ ਉਹਨਾਂ ਬਾਰੇ ਬੋਲ ਰਿਹਾ। ਲੇਕਿਨ ਇਹ ਫਾਲਤੂ ਦੀ ਆਪਣੇ ਆਪ ਆਪਣੀ ਗੱਲਾਂ ਨੂੰ ਲੁਕਾਉਣ ਵਾਸਤੇ ਮੈਂ ਸਿਰਫ ਆਹੀ ਕਹਾਂਗੀ ਕਿ ਜੇ ਇਹੋ ਜਿਹੀ ਕੋਈ ਬਕਵਾਸ ਸੱਚ ਵੀ ਸੀਗੀ ਤਾਂ ਫਿਰ ਇਸ ਜਲਿਆਂਵਾਲਾ ਬਾਗ ਦੇ ਹਾਦਸੇ ਦੇ 6 ਸਾਲ ਦੇ ਬਾਅਦ ਉਹੀ ਮੇਰੇ ਪਰਦਾਦਾ ਜੀ ਨੂੰ ਸਭ ਸੰਮਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਿੱਖ ਕੌਮ ਨਹੀਂ ਨਿਯੁਕਤ ਕਰਦੀ। ਸੋ ਇਹਨਾਂ ਦੇ ਝੂਠ ਆਹੀ ਜਾਣਨ, ਮੈਂ ਇਹਨਾਂ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। ਤੁਹਾਨੂੰ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਅੱਜ ਪਿੰਡ ਕਾਦੀਆਂਵਾਲੀ 'ਚ ਕੋਲਡ ਚੇਨ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ ਸਨ, ਜਿਸ ਦੇ ਉਦਘਾਟਨ ਨਾਲ ਕਈ ਕਿਸਾਨਾਂ ਨੂੰ ਸਹੂਲਤ ਮਿਲੇਗੀ। ਜਲੰਧਰ ਤੋਂ ਮਨਦੀਪ ਸਿੰਘ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ, ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਜੇਕਰ ਤੁਸੀਂ ਡਾਇਰੈਕਟ ਆਪਣੇ ਫੋਨ ਤੇ ਦੇਖਣਾ ਚਾਹੁੰਦੇ ਹੋ ਤਾਂ ਇਸ ਨੰਬਰ ਨੂੰ ਪਹਿਲਾਂ ਆਪਣੇ ਫੋਨ ਦੇ ਵਿੱਚ ਸੇਵ ਕਰੋ ਅਤੇ ਫਿਰ ਇਸ ਨੰਬਰ ਦੇ ਉੱਤੇ ਇੱਕ ਮਿਸ ਕਾਲ ਮਾਰੋ। ਅਸੀਂ ਤੁਹਾਨੂੰ ਦੈਨਿਕ ਸਵੇਰਾ ਦੇ ਇੱਕ WhatsApp ਗਰੁੱਪ ਦੇ ਵਿੱਚ ਐਡ ਕਰਾਂਗੇ, ਜਿੱਥੇ ਸਿਰਫ ਅਸੀਂ ਤੁਹਾਡੇ ਤੱਕ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਪਹੁੰਚਾ ਸਕਾਂਗੇ।